ओके सो क्वेश्चन नंबर 11, क्वेश्चन 11 है अपने को नाउ, कहता है कि इन ट्रायंगल ए बी सी एंड ट्रायंगल डी ई एफ, अपने को दो ट्रायंगल ने, एक ट्रायंगल का नाम है ए बी सी, ए बी सी, ते दूजे ट्रायंगल का नाम है डी ई एफ। डी ई एफ कहता है ए बी इज इक्वल टू डी ई, ए बी इज इक्वल टू डी ई, बी सी इज इक्वल टू ई एफ, बी सी इज इक्वल टू ई एफ, ते बी सी इज पैरल टू ई एफ, ते नाल आ भी कहता कि जो बी सी है वो ई एफ के पैरल दे विच है। Vertices A, B, C are joined to vertices D, E, F, यानी कि जरा A है, A वाला D ना जोड़ता सी, B वाला सी जरा है वो E ना जोड़ता, ते C वाला जरा है वो C F ना जोड़ता। कुछ आ शेप अपने को बंदी पी है, यानी इस ਦੇ ਵਿੱਚ ਜੇ ਮੈਂ ਤੁਹਾਨੂੰ ਗੱਲ ਕਰਾਂ, ਜੇ ਤੁਸੀਂ ਧਿਆਨ ਨਾਲ ਓਬਜ਼ਰਵ ਕਰੋ ਇਸ ਸ਼ੇਪ ਨੂੰ, ਤਾਂ ਤੁਹਾਨੂੰ ਇਹਦੇ ਵਿੱਚ ਦੋ ਟ੍ਰਾਇੰਗਲ ਤੇ ਤਿੰਨ ਰੈਕਟੈਂਗਲ ਨਜ਼ਰ ਆਉਣ, ਮਤਲਬ ਰੈਕਟੈਂਗਲ ਕੁਆਡਰਲੇਟਰਲ ਵਰਗੀ ਸ਼ੇਪ ਨਜ਼ਰ ਆਊਗੀ। ਇੱਕ ਤਾਂ ਦੇਖੋ ਇੱਦਾਂ ਆਹ ਵਾਲਾ ਹੋ ਗਿਆ, ਇੱਕ ਥੱਲੇ ਹੋ ਗਿਆ, ਇੱਕ ਉੱਧਰ ਵਾਲੇ ਪਾਸੇ ਪਿਆ ਹੋਇਆ ਆਪਣੇ ਕੋਲ ਆਹ ਵਾਲਾ, ਇੱਦਾਂ ਆਹ ਵਾਲਾ। ਇਸ ਤਰੀਕੇ ਨਾਲ ਤਿੰਨ ਕੁਆਡਰਲੇਟਰਲ ਨੇ ਤੇ ਦੋ ਟ੍ਰਾਇੰਗਲ ਨੇ ਇਸ ਦੇ ਵਿੱਚ। ਹੁਣ ਕੁਐਸਚਨਸ ਦੇ ਵਿੱਚ ਆਪਣੇ ਕੋਲ ਜੋ ਹੈ ਕਹਿੰਦਾ ਪਿਆ ਹੈ ਇਹਦੇ 'ਚ ਆਪਾਂ ਨੂੰ ਗਿਵਨ, ਗਿਵਨ ਕੀ ਆਪਾਂ ਨੂੰ ਹੈ ਲਿਖ ਲਓ ਸਾਰਾ ਉਸ ਇਹਦੇ 'ਚ, ਆਪਾਂ ਨੂੰ ਇਹਦੇ 'ਚ ਗਿਵਨ ਹੈ ਦੈਟ ਏ ਬੀ ਇਸ ਇਕੁਅਲ ਟੂ ਡੀ ਈ, ਬੀ ਸੀ ਇਸ ਇਕੁਅਲ ਟੂ ਈ ਐਫ, ਤੇ ਬੀ ਸੀ ਇਸ ਪੈਰਲਲ ਟੂ ਈ ਐਫ। ਆ ਸਾਰਾ ਕੁਛ ਆਪਾਂ ਨੂੰ ਇਹਦੇ ਚ ਗਿਵਨ ਹੈ, ਤੇ ਇੱਕ ਹੋਰ ਸੱਚ ਪੈਰਲਲ ਗਿਵਨ ਹੈ ਦੈਟ ਇਜ਼ ਏ ਬੀ ਇਸ ਪੈਰਲਲ ਟੂ ਡੀ। ਆ ਸਾਰਾ ਆਪਾਂ ਨੂੰ ਇਹਦੇ ਚ ਗਿਵਨ ਹੈ, ਏ ਬੀ ਇਸ ਪੈਰਲਲ ਟੂ ਡੀ ਈ, ਬੀ ਸੀ ਇਸ ਪੈਰਲਲ ਟੂ ਈ ਐਫ, ਤੇ ਆ ਸਾਡੀ ਇਕੁਅਲਸ ਵੀ ਹੈਗੀਆਂ, ਮਤਲਬ ਜਿਹੜੀ ਸਾਈਡਾਂ ਇਕੁਅਲ ਨੇ ਉਹੀ ਆਪਸ ਦੇ ਵਿੱਚ ਪੈਰਲਲ ਵੀ ਹੈ। ਆ ਇਸ ਕੁਐਸਚਨ ਦੇ ਵਿੱਚ ਹੈਗਾ ਦਾ ਫਸਟ ਪਾਰਟ ਆਪਣੇ ਕੋਲ, ਜਿਹੜਾ ਇਹਦੇ ਚ ਅਸੀਂ ਪਰੂਫ ਕਰਨਾ ਹੈ, ਪਰੂਫ ਦਾ ਫਸਟ ਪਾਰਟ ਆਪਣੇ ਕੋਲ ਜਿਹੜਾ ਹੈ ਕੀ ਹੈ, ਕਹਿੰਦਾ ਪਰੂਫ ਕਰਕੇ ਦਿਖਾਓ ਕਿ ਏ ਬੀ ਸੀ ਏ ਬੀ ਈ ਡੀ, ਏ ਬੀ ਈ ਡੀ ਇਹ ਆਪਸ ਦੇ ਵਿੱਚ ਇੱਕ ਤਰੀਕੇ ਦਾ ਕੀ ਹੈ, ਪੈਰਲੋਗ੍ਰਾਮ ਹੈ। ਤੇ ਪੈਰਲੋਗ੍ਰਾਮ ਦੀ ਕੰਡੀਸ਼ਨ ਹੁੰਦੀ ਹੈ ਕਿ ਜੇ ਤੁਸੀਂ ਇਹਦੀਆਂ ਓਪੋਜ਼ਿਟ ਸਾਈਡਸ ਨੂੰ ਇਕੁਅਲ ਇਕੁਅਲ ਪਰੂਫ ਕਰ ਦਿਓ, ਤੇ ਐਜ਼ ਵੈਲ ਐਜ਼ ਤੁਸੀਂ ਜਿਹੜਾ ਹੈ ਇਹਦੇ ਵਿੱਚ ਆਹ ਪਰੂਫ ਕਰ ਦਿਓ ਕਿ ਉਹ ਆਪਸ ਵਿੱਚ ਪੈਰਲਲ ਵੀ ਨੇ, ਦੈਨ ਦੇ ਆਰ ਪੈਰਲੋਗ੍ਰਾਮ। ਬਸ ਇੰਨਾ ਇਹਦੇ ਵਿੱਚ ਪਰੂਫ ਕਰਨਾ ਹੁੰਦਾ ਕੁਐਸਚਨ ਦੇ ਵਿੱਚ। ਸੋ ਇਸ ਕੁਐਸਚਨ ਦੇ ਲਈ ਅਸੀਂ ਜਿਹੜਾ ਯੂਜ਼ ਕਰਦੇ ਹਾਂ ਫਿਲਹਾਲ ਕਿ ਇਨ ਟ੍ਰਾਇੰਗਲ ਏ ਬੀ ਸੀ ਤੇ ਡੀ ਈ ਐਫ ਦੀ ਗੱਲ ਕਰਦੇ ਹਾਂ। ਇਨ ਟ੍ਰਾਇੰਗਲ ਏ ਬੀ ਸੀ ਐਂਡ ਟ੍ਰਾਇੰਗਲ ਡੀ ਈ ਐਫ, ਆਹ ਦੋ ਟ੍ਰਾਇੰਗਲ ਲੈ ਲੈਂਦੇ ਆਪਾਂ। ਇਹਨਾਂ ਦੋਨਾਂ ਟ੍ਰਾਇੰਗਲ 'ਚ ਆਪਾਂ ਨੂੰ ਇੱਕ ਤਾਂ ਆਹੀ ਗਿਵਨ ਹੈ ਕਿ ਏ ਬੀ ਜਿਹੜਾ ਹੈ ਦੈਟ ਇਜ਼ ਇਕੁਅਲ ਟੂ ਡੀ ਈ, ਇਹ ਆਪਸ 'ਚ ਇਕੁਅਲ ਵੀ ਹੈ ਐਂਡ ਪੈਰਲਲ ਵੀ ਹੈ, ਏ ਬੀ ਇਜ਼ ਪੈਰਲਲ ਟੂ ਡੀ। ਇੱਕ ਤਾਂ ਚੀਜ਼ ਆਪਾਂ ਨੂੰ ਕਲੀਅਰ ਹੋ ਗਈ ਕਿ ਏ ਬੀ ਜਿਹੜੀ ਹੈ ਡੀ ਈ ਦੇ ਇਕੁਅਲ ਵੀ ਹੈ ਤੇ ਪੈਰਲਲ ਵੀ ਹੈ, ਠੀਕ ਹੈ। ਹੋਰ ਆਪਾਂ ਨੂੰ ਇਹਦੇ 'ਚ ਕੀ ਗਿਵਨ ਹੈ ਇਸ ਕੁਐਸਚਨ 'ਚ, ਦੈਟ ਬੀ ਸੀ ਇਜ਼ ਇਕੁਅਲ ਟੂ ਈ ਐਫ, ਐਂਡ ਬੀ ਸੀ ਇਜ਼ ਪੈਰਲਲ ਟੂ ਈ ਐਫ, ਠੀਕ ਹੈ। ਸੋ ਇਟ ਮੀਨਸ ਆਪਾਂ ਇਹਦੇ 'ਚ ਕਹਿ ਸਕਦੇ ਹਾਂ, ਫਿਰ ਕਿਆ ਕਹਿ ਸਕਦੇ ਹਾਂ ਕਿ thus
जे ए बी जड़ा है वो डी दे इक्वल है ते आपस दे विच पैरेलल भी जे है अपने कोल ਤਾਂ ਆਪਾਂ ਸਿੰਪਲੀ ਇਹਦੇ 'ਚ ਕਹਿ ਸਕਦੇ ਕਿਉਂਕਿ ਦੇਖੋ ਜੇ ਆਹ ਵਾਲੀ ਸਾਈਡ ਜਿਹੜੀ ਹੈ ਆਹ ਵਾਲੀ ਸਾਈਡ ਦੇ ਇਕੁਅਲ ਵੀ ਹੈ ਤੇ ਪੈਰਲਲ ਵੀ ਹੈ ਤਾਂ ਦੂਜੀ ਸਾਈਡ ਆਟੋਮੈਟਿਕਲੀ ਇਕੁਅਲ ਤੇ ਪੈਰਲਲ ਹੋ ਜਾਂਦੀ ਮਤਲਬ ਮੰਨ ਲਓ ਜਿਵੇਂ ਮੇਰੇ ਕੋਲ ਇੱਕ ਆ ਮੈਂ ਡਾਇਗਰਾਮ ਲੈਣਾ ਵਾ ਇੱਕ ਆ ਲਾਈਨ ਹੈ ਮੇਰੇ ਕੋਲ ਇੱਕ ਮਿੰਟ ਮੰਨ ਲਓ ਇੱਕ ਮੈਂ ਆ ਲਾਈਨ ਇੱਦਾਂ ਡਰਾ ਕੀਤੀ ਦੂਜੀ ਲਾਈਨ ਮੈਂ ਆ ਡਰਾ ਕੀਤੀ ਉਹਨੇ ਦੋਨੋਂ ਲਾਈਨਾਂ ਆਪਸ ਦੇ ਵਿੱਚ ਇਕੁਅਲ ਨੇ ਤੇ ਪੈਰਲਲ ਵੀ ਨੇ ਤਾਂ ਡੈਫੀਨੇਟਲੀ ਜੇ ਮੈਂ ਇੱਧਰ ਵਾਲੀ ਲਾਈਨ ਨੂੰ ਆਪਸ 'ਚ ਦੂਜੇ ਵੱਲ ਨਾਲ ਜੋੜੂੰਗਾ ਇੱਥੋਂ ਦੀ ਦੇ ਨਾਲ ਇਸ ਤਰੀਕੇ ਨਾਲ ਤਾਂ ਡੈਫੀਨੇਟਲੀ ਆਹ ਲਾਈਨ ਵੀ ਆਪਸ ਦੇ ਵਿੱਚ ਇਕੁਅਲ ਵੀ ਹੋਏਗੀ ਤੇ ਪੈਰਲਲ ਵੀ ਹੋਏਗੀ ਇਹ ਸ਼ਿਓਰ ਗੱਲ ਹੈ ਜੇ ਆਹ ਲਾਈਨਾਂ ਵਿੱਚ ਗੈਪ ਬਰਾਬਰ ਹੈ ਤਾਂ ਪੂਰਾ ਗੈਪ ਬਰਾਬਰ ਹੀ ਰਹਿਣ ਵਾਲਾ ਹੈ ਯਾਨੀ ਕਿ ਆਹ ਲਾਈਨਾਂ ਆਪਸ ਵਿੱਚ ਇਕੁਅਲ ਵੀ ਹੋਣਗੀਆਂ ਤੇ ਪੈਰਲਲ ਵੀ ਹੋਣਗੀਆਂ ਇਟ ਮੀਨਸ ਆਪਾਂ ਕਹਿ ਸਕਦੇ ਹਾਂ ਕਿ ਦਸ ਦਸ ਏ ਬੀ ਈ ਡੀ ਇਸ ਅ ਪੈਰਲੋਗ੍ਰਾਮ ਅਸੀਂ ਆਪ ਪ੍ਰੂਫ ਕਰਤਾ ਹੈ ਦੇਖੇ ਕਿ ਇਹ ਪੈਰਲੋਗ੍ਰਾਮ ਹੈ ਉਹ ਇਸ ਦੇ ਕਰਕੇ ਪ੍ਰੂਫ ਕਰਤਾ ਸੀ ਕਿ ਇਹ ਪੈਰਲੋਗ੍ਰਾਮ ਹੈ ਨੈਕਸਟ ਸੈਕਿੰਡ ਪਾਰਟ ਇਹ ਤਾਂ ਫਸਟ ਪਾਰਟ ਦੀ ਗੱਲ ਹੋ ਰਹੀ ਸੀਗੀ ਹੁਣ ਆਪਾਂ ਪਾਰਟ ਸੈਕਿੰਡ ਪਾਰਟ ਦੀ ਗੱਲ ਕਰਦੇ ਹਾਂ ਸੈਕਿੰਡ ਪਾਰਟ 'ਚ ਕੀ ਲਿਖਿਆ ਹੈ ਕਹਿੰਦਾ ਇਹ ਪ੍ਰੂਫ ਕਰਕੇ ਦਿਖਾਓ ਕਿ ਬੀ ਈ ਐਫ ਸੀ ਹੁਣ ਪੈਰਲੋਗ੍ਰਾਮ ਹੈ ਸੇਮ ਆ ਵੀ ਇਹਦੇ ਵਰਗਾ ਹੀ ਹੈ ਸੇਮ ਬਿਲਕੁਲ ਇਹਦੇ ਵਰਗਾ ਬੀ ਈ ਐਫ ਸੀ ਆਹ ਨੀਚੇ ਵਾਲਾ ਜਿਹੜਾ ਬੇਸ ਹੈ ਆਹ ਵਾਲਾ ਆਪਾਂ ਪ੍ਰੂਵ ਕਰਨਾ ਕਿ ਆਪਸ 'ਚ ਪੈਰਲੋਗ੍ਰਾਮ ਸੇਮ ਰੀਜ਼ਨ ਆਹ ਵਾਲਾ ਰੀਜ਼ਨ ਆਪਾਂ ਇਹਦੇ 'ਚ ਦੇ ਦੇਣਾ ਹੁਣ ਆਹ ਵਾਲਾ ਕਿ ਸਿੰਸ ਬੀ ਸੀ ਇਜ ਇਕੁਅਲ ਟੂ ਈ ਐਫ ਐਂਡ ਬੀ ਸੀ ਇਜ ਪੈਰਲਲ ਟੂ ਈ ਐਫ ਈ ਐਫ ਇਹ ਆਪਾਂ ਨੂੰ ਗਿਵਨ ਹੈ therefore b e c f is a parallelogram ਇਹ ਇੱਕ ਸਾਡਾ ਪੈਰਲੋਗ੍ਰਾਮ ਹੋ ਜਾਏਗਾ ਕਿਉਂਕਿ ਜਿਹੜਾ ਹੈ ਇਹਦੇ ਚ ਆਪੋਜਿਟ ਸਾਈਡਾਂ ਇਕੁਅਲ ਨੇ ਜੇ ਆਪੋਜਿਟ ਸਾਈਡ ਇਕੁਅਲ ਨੇ ਤਾਂ ਉਹ ਪੈਰਲਲ ਵੀ ਹੋਣਗੀਆਂ ਸੋ ਇਹ ਸਾਡਾ ਪੈਰਲੋਗ੍ਰਾਮ ਹੋ ਜਾਏਗਾ ਚਲੋ ਇਹ ਵੀ ਹੋ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਥਰਡ ਪਾਰਟ ਦੀ ਥਰਡ ਪਾਰਟ 'ਚ ਕੀ ਉਹਨੇ ਲਿਖਿਆ ਹੋਇਆ ਦੇਖੋ ਸਾਨੂੰ ਥਰਡ ਪਾਰਟ ਸਾਨੂੰ ਇਹ ਕਹਿੰਦਾ ਪਿਆ ਕਿ ਏ ਡੀ ਇਜ਼ ਇਕੁਅਲ ਟੂ ਸੀ ਐਫ ਐਂਡ ਏ ਡੀ ਇਜ਼ ਪੈਰਲਲ ਟੂ ਸੀ ਐਫ ਹੁਣ ਏ ਡੀ ਕਿੱਥੇ ਦੇਖੋ ਆ ਰਿਹਾ ਏ ਡੀ ਜਿਹੜਾ ਏ ਡੀ ਹੈ ਇਹ ਆਪਾਂ ਪ੍ਰੂਫ ਕਰਕੇ ਦਿਖਾਉਣਾ ਸੀ ਐਫ ਦੇ ਇਕੁਅਲ ਹੈ ਆਹ ਸੀ ਐਫ ਸਾਡਾ ਜਾ ਰਿਹਾ ਇਹ ਇਸਦੇ ਇਕੁਅਲ ਹੈ ਤੇ ਇਸਦੇ ਪੈਰਲਲ ਦੇ ਵਿੱਚ ਵੀ ਹੈ ਇਹ ਅਸੀਂ ਇਸ ਕੁਐਸਚਨ 'ਚ ਪ੍ਰੂਫ ਕਰਕੇ ਦਿਖਾਉਣਾ ਹੈ ਠੀਕ ਹੈ ਸੋ ਇਹਨੂੰ ਕਿੱਦਾਂ ਕਰੋਗੇ ਸਿੰਸ ਬੀ ਈ ਇਸ ਇਕੁਅਲ ਟੂ ਸੀ ਐਫ ਐਂਡ ਬੀ ਈ ਪੈਰਲਲ ਟੂ ਸੀ ਐਫ ਈ ਐਫ ਸੋਰੀ ਬੀ ਈ ਇੱਧਰ ਹੋ ਗਿਆ ਹਾਂ ਬੀ ਈ ਜਿਹੜਾ ਬੀ ਈ ਹੈ ਸਾਡਾ ਇਹ ਆਪਾਂ ਹੁਣ ਉੱਪਰ ਪ੍ਰੂਫ ਕਰਕੇ ਆਏਂਗੇ ਬੀ ਈ ਜਿਹੜਾ ਹੈ ਉਹ ਸੀ ਐਫ ਦੇ ਇਕੁਅਲ ਵੀ ਹੈ ਤੇ ਪੈਰਲਲ ਦੇ ਵਿੱਚ ਵੀ ਹੈ ਇਹ ਆਪਾਂ ਪ੍ਰੂਫ ਕੀਤਾ ਉੱਪਰ ਕਿਉਂਕਿ ਪੈਰਲੋਗ੍ਰਾਮ ਹੈ ਕਿਉਂਕਿ ਬੀ ਈ ਸੀ ਬੀ ਈ ਸੀ ਐਫ ਇਜ਼ ਅ ਪੈਰਲੋਗ੍ਰਾਮ ਏਦਾਂ ਕਰਕੇ ਇਹਨੂੰ ਨੰਬਰ ਵਨ ਕਹਿ ਐਂਡ ਸਿਮੀਲਰਲੀ ਇਨ ਪੈਰਲੋਗ੍ਰਾਮ ਜਿਹੜਾ ਆਪਾਂ ਪਿੱਛੇ ਪ੍ਰੂਫ ਕੀਤਾ ਸੀ ਕਿਹੜਾ ਵਾਲਾ ਪਹਿਲਾਂ ਏ ਬੀ ਈ ਡੀ ਦੇ ਵਿੱਚ ਆਪਾਂ ਜੇ ਦੇਖੀਏ ਇਹਦੇ 'ਚ ਵੀ ਅਸੀਂ ਲਿਖ ਸਕਦੇ ਹਾਂ ਕਿ ਬੀ ਈ ਇਸ ਇਕੁਅਲ ਟੂ ਏ ਡੀ ਐਂਡ ਬੀ ਈ ਇਸ ਪੈਰਲਲ ਟੂ ਏ ਡੀ ਕਿਉਂਕਿ ਇਹ ਪੈਰਲੋਗ੍ਰਾਮ ਹੈ ਤਾਂ ਆਹ ਚੀਜ਼ਾਂ ਆਪਸ 'ਚ ਇਕੁਅਲ ਵੀ ਹੋਣਗੀਆਂ ਤੇ ਪੈਰਲਲ ਵੀ ਹੋਣਗੀਆਂ ਸੋ ਫਰੋਮ ਵਨ ਐਂਡ ਟੂ
फ्रॉम वन एंड टू. देखो दोनों चे बीई बीई आ रहा, यानी जे बीई इनके बराबर है, इतने इनके बराबर है, इट मीनस फिर ए डी जो सी एफ के बराबर हो जाएगा. सिमिलरली ये इनके पैरल के भी हो जाए. ठीक है, सो फ्रॉम वन एंड टू ए डी इज इक्वल टू सी एफ एंड ए डी पैरल टू सी एफ. सो ये अपना सेकेंड थर्ड पार्ट प्रूफ हो गया. एंड फोर्थ पार्ट से तुसी की करना है, फोर्थ पार्ट च उन्हें क्या सानू कि प्रूफ दैट ए सी एफ डी इज अ पैरेललोग्राम. हुन आ वाला पैरेललोग्राम प्रूफ करना ए सी एफ डी. तो ये अपना कितों करांगे, फ्रॉम इनू अपन नंबर देने थर्ड, फ्रॉम इक्वेशन थर्ड अपन उदी क्लीयर हो गया. देखो इतने ही प्रूफ हो गया, इक्वेशन थर्ड तो ही क्लीयर हो गई गल सारी कि आ इसते इक्वल दे विच भी है ते आ इसते पैरेलल दे विच भी है. इट मीनस ऑटोमैटिकली एक हो जाएगा आपस दे विच एक पैरेललोग्राम हो जाएगा. फ्रॉम इक्वेशन थर्ड दैट ए डी इज इक्वल टू सी एफ एंड ए डी इज पैरेलल टू सी एफ, देयरफॉर ए डी एफ सी इज अ पैरेललोग्राम. ठीक है, हुन अपना फिफ्थ पार्ट. फिफ्थ पार्ट की कह रहे हैं आपां नूं, चलो फिफ्थ पार्ट में इत्थे कर देना. फिफ्थ पार्ट आपां नूं कह रहे हैं इहदे च कि AC इज इक्वल टू DF. ए भी क्लीयर हो गया आपां नूं, ए साडा इस पार्ट तों क्लीयर हो गया कि सिंस ADFC इज अ पैरेललोग्राम. ਅਸੀਂ ਪਰੂਫ ਕਰ ਚੁੱਕੇ ਹਾਂ ਪਿਛਲੇ ਪਾਰਟ ਦੇ ਵਿੱਚ, ਹੁਣੇ ਪਰੂਫ ਕੀਤਾ, ਹੁਣੇ ਇਹ ਅਸੀਂ ਪਰੂਵਡ ਕੀਤਾ ਹੈ ਜੇ ਪੈਰੇਲੋਗ੍ਰਾਮ ਹੈ ਤਾਂ ਡੈਫੀਨੇਟਲੀ ਏ ਸੀ ਇਜ ਇਕੁਅਲ ਟੂ ਡੀ ਐਫ ਹੋਏਗਾ. ਤਾਂ ਜਿਹੜਾ ਏ ਸੀ ਹੈ ਉਹ ਡੀ ਐਫ ਦੇ ਬਰਾਬਰ ਆਪਣੇ ਆਪ ਹੀ ਹੋ ਜਾਏਗਾ ਕਿਉਂਕਿ ਇਹ ਸਾਡਾ ਪੂਰਾ ਇੱਕ ਪੈਰੇਲੋਗ੍ਰਾਮ ਆਵਰ ਆ ਇੱਕ ਪੈਰੇਲੋਗ੍ਰਾਮ ਹੈ, ਇਸ ਕਰਕੇ ਆਵਰੀ ਸਾਈਡ ਇਸ ਦੇ ਬਰਾਬਰ ਆਟੋਮੈਟਿਕਲੀ ਹੋ ਜਾਏ. ਸੋ Now, sixth part चो ने क्या प्रूफ करके दिखाओ कि ट्राइंगल ए बी सी ते डी ई एफ आपस दे विच कॉन्ग्रुएंस ट्राइंगल ने. तो ये भी देखो क्लियर हो गया आपां नूं ऑलरेडी, इन ट्राइंगल ए बी सी एंड ट्राइंगल डी ई एफ असी लिख सकते हैं क्या भला ए बी इज इक्वल टू डी ई. इन द रीजन आपां पा देंगे गिवन, दैन तुसी लिख सकते हो इंदे चे, दैन तुसी इंदे चे लिख सकते हो बी सी इज इक्वल टू ई एफ, ए भी सानू की है गिवन. ते थर्ड थिंग ए सी इज इक्वल टू डी एफ, ए असी प्रूफ किता वा, ए असी प्रूफ किता वा. So therefore, triangle ABC is congruent to triangle DEF. Reason by SSS. So by SSS, दोनों triangle साढ़े congruent proof होता है. ठीक है? So इस तरीके ना जो है, तुसी जो है equations नू अपना complete कर सको. Okay. So now question number second. Question number 12th one. 12th question ki kehnda pe apan kehnda a b c d is a trapezium. Pehla trapezium bana lene assi. So a D, C, ते इत्थे अपने कोल है B, ठीक है? A, B, C, D is a trapezium in which A, B is parallel to C, D. आ वाली जिहड़ी साइड है वो C, D दे पैरेलल दे विच है and A, D is equal to B, C. ते जिहड़ा A, D है ये B, C दे बराबर, ठीक है? So आपां नूं प्रूफ करके दिखाना है, एक तां आपां प्रूफ करना है कि एंगल A is equal to एंगल B,
एंगल सी इज इक्वल टू एंगल डी, ते ट्रायंगल ए बी सी ते बी ए डी, ए बी सी आ ट्रायंगल साडा, ते ट्रायंगल बी ए डी, बी ए डी आ ट्रायंगल साडे आपस विच की ने कॉन्ग्रुएंस ने, ते डायगनल्स आपस दे विच इक्वल ने। ए सारा साडा इस क्वेश्चन दे अंदर काम में करने वाला। सो फर्स्ट ऑफ ऑल आपा इस क्वेश्चन दे अंदर जो है एक कंस्ट्रक्शन कर रहे हैं, इस क्वेश्चन ने सानू कंस्ट्रक्शन ही करनी पेगी। सो कंस्ट्रक्शन साडी की है कि ड्रॉ अ लाइन दैट इज नोन एज आपा नाम रख सकते हैं सी ई, ए एवी ड्रॉ मैं लाइन करनी है कि ए डी दे बिल्कुल पैरेलल दे विच है, इस तरीके नाल। हाँ बस ठीक है, मैं ऐसा लाइन ड्रॉ की है कि ए डी जी है वो सी डी सी ई दे पैरेलल है। सो ड्रॉ सी ई पैरेलल टू ए डी, तो जी सी ई ए डी दे पैरेलल दे विच असीं ड्रॉ कर देने हाँ। सो इट मीनस इतने एक प्रॉपर्टी आप लगा सकते हैं, केड़ी वाली प्रॉपर्टी हम इतने लगा सकते हैं कि आ वाला एंगल ते आ वाला एंगल आपस दे विच इन्हां दोनों एंगलों का जो सम है वह 180 डिग्री हो जाएगा। तुसी एक क्लास 8th विच पढ़िया सी कि पैरेलोग्राम की प्रॉपर्टी होंदी है कि एडजसेंट एंगल का सम जिहड़ा होंदा है वह हमेशा 180 डिग्री होंदा है, जिहड़ा एडजसेंट एंगल्स होंदे ने इन्हां दा सम हमेशा ही 180 डिग्री होंदा है। असीं प्रॉपर्टी जिहड़ी ओह पढ़ी सी दैट आई विल अपलाई हेयर। सो इन दिस वन ए इस दे पैरेलल दे विच है, सो जिहड़ा है इन्हां दा सम 180 डिग्री होएगा। सो आपां लिख सकते हैं इहदे विच क्या, सिंस ए डी इज पैरेलल टू सी ई, देयर फोर एंगल ए प्लस एंगल ई इज इक्वल टू 180 डिग्री। इन्हू कहने आपां एडजसेंट एंगल, पैरलोग्राम दे विच जिहड़े एडजसेंट एंगल्स होंदे ने ओह वाली प्रॉपर्टी दी गल करदे आ। सो एंगल ए प्लस ई इज इक्वल टू 180, इत्थों दी एंगल ए दी जे वैल्यू असीं कढ़ीए तां इह बन जांदी है 180 माइनस एंगल ई। सो फिलहाल इन नंबर 1 दे के छड़ दो क्योंकि आपां नूं इहदी अगे जाके लोड पैनी है, अजे इहदी लोड नहीं है। सो आपां इहनूं फिलहाल इत्थे छड़ दिंदे आ, ठीक है। ओके नाउ सिंस AE is parallel to CD and AD is parallel to CE, thus J parallel B ne te fir definitely ye equal bhi hon gi hai sade, therefore AECD is a parallelogram, ek parallelogram hoega, te is karke aap likh sakde hain inde ch AE is equal to CD and AD is equal to CE, aa cheez ho jayegi inde ch, theek hai। aapa hun itthe aa proof karta ki jehda AE hai AE AD this AD is equal to CE, aa wale de barabar hai, te apan nu given bhi ek cheez hai gi inde ch, kya in number 1 keh dena main aa number 2 keh, te apan nu given bhi hai ga क्या भला ए डी इज इक्वल टू सी बी, ये अपा नू गिवन है, इनू थर्ड कह दो। सो फ्रॉम सेकेंड एंड थर्ड, फ्रॉम इक्वेशन सेकेंड एंड थर्ड, जे देखो तुसी सेकेंड थर्ड दे विच एक साइड बराबर पई है तुहाडी, ए डी इज इक्वल टू आ ए डी लिखा हुआ वा, इट मीनस आपां इत्थे लिख सकते फ्रॉम इक्वेशन सेकेंड एंड थर्ड दैट बी सी is equal to CE, BC ਜਿਹੜਾ ਹੈ ਉਹ CE ਦੇ ਬਰਾਬਰ ਹੋ ਗਿਆ, ਯਾਨੀ ਕਿ ਆਪਾਂ ਇਹ ਪ੍ਰੂਫ ਕਰਤਾ ਕਿ ਆਹ ਸਾਈਡ ਜਿਹੜੀ ਹੈ ਇਸ ਦੇ ਬਰਾਬਰ ਹੋ ਗਈ ਹੈ। ਤੇ ਤੁਸੀਂ ਪੜ੍ਹ ਕੇ ਆਏ ਹੋ ਪਿੱਛੇ ਕਿ ਜਦੋਂ ਵੀ ਕਿਸੇ ਟ੍ਰਾਇੰਗਲ ਦੇ ਅੰਦਰ, ਆਹੀ ਕਲਾਸ 'ਚ ਪੜ੍ਹਿਆ ਸੀ 7th ਚੈਪਟਰ 'ਚ, ਕਿ ਜਦੋਂ ਵੀ ਕਿਸੇ ਟ੍ਰਾਇੰਗਲ ਦੇ ਅੰਦਰ ਹੁੰਦੀਆਂ ਦੋ ਸਾਈਡਸ ਬਰਾਬਰ ਹੁੰਦੀਆਂ ਨੇ ਤਾਂ ਉਹਨਾਂ ਦੇ ਕੋਰਸਪੋਂਡਿੰਗ ਐਂਗਲਸ ਵੀ ਆਪਸ ਦੇ ਵਿੱਚ ਬਰਾਬਰ ਹੁੰਦੇ, ਠੀਕ ਹੈ। ਜੇ ਸਾਈਡ ਬਰਾਬਰ ਨੇ ਤਾਂ ਐਂਗਲਸ ਜਿਹੜੇ ਨੇ ਉਹ ਵੀ ਇਹਨਾਂ ਦੇ ਬਰਾਬਰ ਹੁੰਦੇ, ਠੀਕ ਹੈ। ਸੋ ਇਟ ਮੀਨਸ ਆਈ ਕੈਨ ਰਾਈਟ ਦੈਟ ਦਸ
एंगल बी इज इक्वल टू एंगल ई, जिहड़ा बी ते ई है वह आपस दे विच इक्वल हो गए ने, इन्हां दोनों का जिहड़ा मीनिंग है बी ते ई जिहड़े ने वह साढ़े अपने इस क्वेश्चन दे विच इक्वल हो गए ने, ठीक है। सो जे इक्वल हो गए ने सो आपां इहदे च वैल्यू फिल कर सकते हैं। नंबर इनू दे दो तुसी 1 2, सॉरी एक नंबर गलत हो गया बेटा, आ 1 सीगा, ए नंबर 2 है, ए नंबर 3 है, इनू 4 दो, फिर इत्थे भी 3 ते 4। ओके सो बी इज इक्वल टू ई, इनू आपां दे देने इक्वेशन नंबर 5। सो जिहड़ा बी है वह ई दे आपस से इक्वल विच आ गया, अपने कोल असीं आ प्रूफ करता कि बी ते जिहड़ा ई है यह दोनों आपस दे विच इक्वल ने। सो देयर फोर इक्वेशन फस्ट बिकम, फस्ट इक्वेशन की बन जाएगी, दैट एंगल ए इज इक्वल टू 180 माइनस ई जिहड़ा लिखा हुआ है, इस ई की थान से असी जो है एंगल बी लिख सकते हैं, ठीक है। जिहड़ा अपने कोल ई लिखा है इस ई की थान से तुसी जो है एंगल बी यूज कर सकते हो इन जगह पर। सो इट बिकम एंगल बी, ठीक है। सो ए इस दे बराबर हो गया, ते तो साफ सानू क्लियर हो रहा है इस क्वेश्चन दे अंदर के ए ते बी साडे आपस विच इक्वल होणगे इन दे विचो। सो आपां इन दे च लिख सकते हैं इस क्वेश्चन दे विच दैट फ्रॉम इक्वेशन फर्स्ट, एंड इनू नंबर 6 कह दो, 6 एंगल ए इज इक्वल टू एंगल बी, एंगल ए जिहड़े ने एंगल ए ते बी साडा आपस दे विच इक्वल हो जाएगा, ठीक है। हुण आपां गल करदे हां सैकेंड पार्ट दी, सैकेंड पार्ट च उहने की कहा सानू कि प्रूव दैट एंगल सी इज इक्वल टू डी, असी आ वी प्रूव करके दिखाना है कि सी ते डी जिहड़े साडे ने उह वी आपस दे विच इक्वल ने। तां उहदे लई असी की करांगे, सिंस ए बी सी डी इज अ ट्रेपीजियम, ये साडा एक ट्रेपीजियम है, सो ए बी इज पैरल टू डी सी, जिंदे च जिहड़ा ए बी है वह डी सी दे पैरल दे विच है। जे पैरल दे विच है तां आपां पिछे पढ़ के आए हैं चंगी तरीके नाल कि एंगल ए प्लस एंगल डी इज इक्वल टू 180 डिग्री होएगा, क्योंकि सेम साइड दे एंगलां सां हमेशा 180 डिग्री हुंदे, प्रॉपर्टी है पैरलोग्राम दी कि जो दो लाइन आपस में पैरल होंगी है तो उन्होंने सेम साइड के एंगल का सम हमेशा 180 डिग्री होता है। सो इनू आप नंबर दे सकते हैं 5 6 7 दे दो, तो यदि आप लिख सकते हैं इस एंगल जड़ा है बी प्लस एंगल सी इज इक्वल टू 180 डिग्री। सो फ्रॉम 7 and 8 ਤੁਸੀਂ ਦੇਖੋਗੇ 7 ਤੇ 8 ਦੇ ਵਿੱਚ ਇੱਕ ਸਾਈਡ ਬਰਾਬਰ ਹੈ ਆਲਰੇਡੀ, ਯਾਨੀ 180 180 ਹੈ, ਤਾਂ ਆਪਾਂ ਲਿਖ ਸਕਦੇ ਹਾਂ ਐਂਗਲ ਏ ਪਲੱਸ ਐਂਗਲ ਡੀ ਇਜ਼ ਇਕੁਅਲ ਟੂ ਐਂਗਲ ਬੀ ਪਲੱਸ ਐਂਗਲ ਸੀ। ਤੇ ਹੁਣੇ ਹੁਣੇ ਉੱਪਰ ਅਸੀਂ ਪ੍ਰੂਫ ਕਰਕੇ ਆਏ ਹਾਂ, ਆਹ ਦੇਖੋ ਇੱਥੇ ਪ੍ਰੂਫ ਕੀਤਾ ਹੈ ਕਿ ਐਂਗਲ ਏ ਤੇ ਐਂਗਲ ਬੀ ਆਪਸ 'ਚ ਇਕੁਅਲ ਨੇ, ਸੋ ਵੀ ਕੈਨ ਕੈਂਸਲ ਦੈਟ, ਆਹ ਸਾਡੇ ਕੈਂਸਲ ਹੋ ਜਾਣਗੇ, ਤਾਂ ਐਂਗਲ ਡੀ ਇਜ਼ ਇਕੁਅਲ ਟੂ ਐਂਗਲ ਸੀ ਸਾਡਾ ਪ੍ਰੂਵ ਹੋ ਜਾਏਗਾ ਇਹਦੇ 'ਚ। ਦਿਸ ਇਜ਼ ਦਾ ਸੈਕਿੰਡ ਪਾਰਟ ਜਿਹੜਾ ਅਸੀਂ ਪ੍ਰੂਫ ਕਰਨਾ ਸੀ ਉਹ ਵੀ ਅਸੀਂ ਹੁਣ ਇੱਥੇ ਪ੍ਰੂਫ ਕਰ ਲਿਆ। ਹੁਣ ਗੱਲ ਆਪਾਂ ਕਰਦੇ ਹਾਂ ਥਰਡ ਪਾਰਟ ਦੀ, ਥਰਡ ਪਾਰਟ 'ਚ ਉਹਨੇ ਸਾਨੂੰ ਕਿਹਾ ਹੈ ਕਿ ਅਸੀਂ ਪ੍ਰੂਫ ਕਰਕੇ ਦਿਖਾਉਣਾ ਹੈ ਇਸ ਦੇ ਵਿੱਚ ਟ੍ਰਾਇੰਗਲ ਏ ਬੀ ਸੀ ਅਤੇ ਟ੍ਰਾਇੰਗਲ ਬੀ ਏ ਡੀ, ਇਨ ਟ੍ਰਾਇੰਗਲ ਏ ਬੀ ਸੀ ਐਂਡ ਟ੍ਰਾਇੰਗਲ ਬੀ ਏ ਡੀ। ਸੋ ਏ ਬੀ ਸੀ ਟ੍ਰਾਇੰਗਲ ਅਤੇ ਬੀ ਏ ਡੀ ਟ੍ਰਾਇੰਗਲ ਦੇਖੋ ਕਿੱਥੇ ਪਏ ਨੇ, ਏ ਬੀ ਸੀ ਆਹ ਟ੍ਰਾਇੰਗਲ ਹੋ ਗਿਆ, ਤੇ ਦੂਜਾ ਹੈ ਬੀ ਏ ਡੀ, ਬੀ ਏ ਡੀ ਆਹ ਵਾਲਾ ਟ੍ਰਾਇੰਗਲ। ਓਕੇ ਹੁਣ ਇਹਨਾਂ ਦੋਨਾਂ ਟ੍ਰਾਇੰਗਲ ਨੂੰ ਅਸੀਂ ਜੋ ਹੈ ਆਪਸ ਦੇ ਵਿੱਚ ਕਿਆ ਕਹਿੰਦੇ ਕੋਨਗਰੈਂਸ ਪ੍ਰੂਫ ਕਰਨਾ ਹੈ, ਤਾਂ ਦੇਖੋ ਹੋ ਗਿਆ ਪ੍ਰੂਫ, ਕੋਨਗਰੈਂਸ ਪ੍ਰੂਫ ਹੋ ਗਿਆ ਤੁਹਾਡਾ। A, B, B, ਆ ਟ੍ਰੈਂਗਲ ਦੇ ਵਿੱਚ ਜੇ ਤੁਸੀਂ ਦੇਖੋ ਤਾਂ ਆਹ ਸਾਈਡ ਅਤੇ ਆਹ ਸਾਈਡ ਬਰਾਬਰ ਹੈ,
ए बी कॉमन है ते आ वाला एंगल असी ऑलरेडी प्रूफ कर चुके ते ए ते बी जड़े ने वो आपस च इक्वल ने सो एस ए एस जड़ा है असी इत्थे लगा सकदे बड़े आराम नाल सो ए डी इज इक्वल टू बी सी गिवन है सानू ए बी इज इक्वल टू ए बी ए साढ़े कोल कॉमन है एंड एंगल ए इज इक्वल टू एंगल बी ए असी प्रूव किया है ऑलरेडी फर्स्ट पार्ट दे विच प्रूव्ड है साडे को सो आपां इत्थे लिख सकते हैं हुण क्या के दैट ट्राइंगल ए बी सी इज कॉन्ग्रुएंस टू ट्राइंगल बी ए डी एंड द रीजन इज बाय एस ए एस ऐसे ऐसे थ्रू साडा ये दोनों ट्राइंगल आपस से जेड़े ने वो कॉन्ग्रेंस प्रूफ हो गए तो जे कॉन्ग्रेंस प्रूफ हो गए तो उस तो बाद जरा ध्यान नाल देखो ताड़े कोल आंदा है इस क्वेश्चन च डायगनल्स ते ये दोनों ही डायगनल साडे इस दोनों ट्राइंगल्स दे अंदर आंदे ने सो वी कैन राइट हियर ए सी इज इक्वल टू बी डी क्योंकि दोनों ट्राइंगल देखो ए सी जरा है ते जरा बी डी है दोनों ही इन्हां ट्राइंगलों विच आंदे पे ने जिन्हां नूं असीं कॉन्ग्रेंस हुणे हुणे प्रूफ कीता है So is equal to AC is equal to BD that is by CP CT. So is tarike na jada hai tada A part B jada hai wo complete ho jata hai. So this is the completion of this exercise jedi apni 8.1 hai us cheez di.